ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੂਬਰ ਟ੍ਰਿਬਿਊਨ ਮੈਂ ਹਾਂ ਜਤਿੰਦਰ ਸਿੰਘ ਕੈਨੇਡਾ ਦੇ ਵਿੱਚ ਜੇ ਤੁਹਾਡਾ ਸਪਾਊਸ ਆਲਰੇਡੀ ਰਹਿ ਰਿਹਾ ਤੇ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਗਲਤੀ ਨਾਲ ਵਿਜ਼ਟਰ ਵੀਜ਼ਾ ਅਪਲਾਈ ਨਾ ਕਰਿਓ ਅੱਜ ਦੀ ਵੀਡੀਓ ਚ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਰਿਫਿਊਜ਼ਲ ਰੇਟ ਕਿਉਂ ਜ਼ਿਆਦਾ ਹੈ ਉਹਦਾ ਆਪਸ਼ਨ ਕੀ ਹੈ ਕਿ ਜੇ ਤੁਹਾਡਾ ਸਪਾਊਸ ਉੱਤੇ ਹੈ ਤਾਂ ਤੁਸੀਂ ਵੀਜ਼ਾ ਈਜ਼ਲੀ ਕਿਵੇਂ ਲੈ ਸਕਦੇ ਹੋ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਕਿ ਜੇ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਹੈ ਸਟੂਡੈਂਟ ਵੀਜ਼ੇ ਤੇ ਹੈ ਜਾਂ ਸਟੂਡੈਂਟ ਵੀਜ਼ਾ ਤੋਂ ਬਾਅਦ ਉਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਿਆ ਹੋਇਆ ਜਾਂ ਫਿਰ ਉਹ PR ਨੇ ਤਾਂ ਫਿਰ ਉਸ ਕੇਸ 'ਚ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਅਤੇ ਕਿਹੜੀ ਕੈਟੇਗਰੀ ਸਹੀ ਹੁੰਦੀ ਹੈ ਤੁਹਾਡੀ ਅਪਲਾਈ ਕਰਨ ਵੇਖੋ ਜੇ ਤੁਹਾਡਾ ਸਪਾਊਸ ਉੱਥੇ PR ਹੈ ਤਾਂ ਤੁਸੀਂ ਡਾਇਰੈਕਟ PR ਲਈ ਜਾ ਸਕਦੇ ਹੋ ਉਹ ਇੱਕ ਡਿਫਰੈਂਟ ਪਾਰਟ ਆ ਜਾਂਦਾ ਬਟ ਜੇ ਤੁਹਾਡਾ ਸਪਾਊਸ ਉੱਥੇ ਵਰਕ ਪਰਮਿਟ 'ਤੇ ਹੈ ਵਰਕ ਪਰਮਿਟ ਸਟੂਡੈਂਟ ਤੋਂ ਬਾਅਦ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਜੇ ਉਸ ਵਰਕ ਵੀਜ਼ਾ 'ਤੇ ਹੈ ਜਾਂ ਫਿਰ ਸਟੂਡੈਂਟ ਵੀਜ਼ਾ 'ਤੇ ਹੈਗੇ ਨੇ ਜਦੋਂ ਸਟੂਡੈਂਟ ਵੀਜ਼ਾ 'ਤੇ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਤੁਹਾਡਾ ਸਪਾਊਸ ਹੁੰਦਾ ਜਦੋਂ ਤੁਹਾਨੂੰ ਬੁਲਾਇਆ ਜਾਣਾ ਇੱਥੋਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਓਪਨ ਸਪਾਊਸ ਵਰਕ ਪਰਮਿਟ 'ਚ ਲੱਗਣੀ ਚਾਹੀਦੀ ਹੈ ਜੇ ਤੁਹਾਡੀ ਫਾਈਲ ਓਪਨ ਸਪਾਊਸ ਵਰਕ ਪਰਮਿਟ ਦੇ ਵਿੱਚ ਲੱਗਦੀ ਹੈ ਤੁਹਾਨੂੰ ਰਿਜ਼ਲਟ ਵਧੀਆ ਵੇਖਣ ਨੂੰ ਮਿਲੇਗਾ ਜੇ ਓਪਨ ਸਪਾਊਸ ਵਰਕ ਪਰਮਿਟ 'ਚ ਨਹੀਂ ਲੱਗਦੀ ਸਿੰਪਲ ਵਿਜ਼ਟਰ ਵੀਜ਼ਾ 'ਚ ਤੁਹਾਡੀ ਫਾਈਲਿੰਗ ਹੋ ਜਾਂਦੀ ਹੈ ਉੱਤੇ ਤੁਹਾਨੂੰ ਰਿਫਿਊਜ਼ਲ ਵੇਖਣ ਨੂੰ ਮਿਲ ਸਕਦਾ ਕਿਉਂਕਿ ਹੁਣ ਪਿੱਛੇ ਜੋ ਅਸੀਂ ਵੀ ਕਾਫੀ ਰਿਫਿਊਜ਼ਲ ਲੈਟਰ ਦੇਖੇ ਆ ਜਿਨ੍ਹਾਂ ਨੂੰ ਰਿਫਿਊਜ਼ ਕੀਤਾ ਗਿਆ ਵਿਜ਼ਟਰ ਕਲਾਸ ਦੇ ਵਿੱਚ ਫਾਈਲ ਲਾਉਣ ਕਰਕੇ ਕਿਉਂਕਿ ਵਿਜ਼ਟਰ ਫਾਈਲ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣੇ ਸਪਾਊਸ ਨੂੰ ਮਿਲਣ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਵਾਪਸ ਆ ਜਾਵਾਂਗੇ ਤੁਸੀਂ ਵੀਜ਼ਾ ਅਫਸਰ ਨੂੰ ਇਹ ਕਮਿਟ ਕਰ ਰਹੇ ਹੋ ਕਿ ਤੁਸੀਂ ਵਾਪਸ ਆਉਣਾ ਜਦੋਂ ਇਹ ਕਮਿਟਮੈਂਟ ਕਰਦੇ ਹੋ ਤਾਂ ਵੀਜ਼ਾ ਅਫਸਰ ਨੂੰ ਲੱਗਦਾ ਕਿ ਤੁਹਾਡੀ ਜਿਹੜੀ ਫੈਮਿਲੀ ਟਾਈਜ਼ ਹੈ ਉਹ ਤਾਂ ਕੈਨੇਡਾ ਦੇ ਵਿੱਚ ਹੈ ਤੁਸੀਂ ਕੈਨੇਡਾ 'ਚ ਜਾ ਕੇ ਵਾਪਸ ਨਹੀਂ ਆਓਗੇ ਇਸੇ ਰੀਜ਼ਨ ਕਰਕੇ ਰਿਫਿਊਜ਼ਲ ਵੇਖਣ ਨੂੰ ਮਿਲ ਜਾਂਦੀ ਹੈ ਤੇ ਜਦੋਂ ਵੀਜ਼ਾ ਅਫਸਰ ਨੂੰ ਤੁਸੀਂ ਓਪਨ ਸਪਾਊਸ ਵਰਕ ਪਰਮਿਟ ਜਾਂ ਐਪਲੀਕੇਸ਼ਨ ਲਾਓਗੇ ਵੀਜ਼ਾ ਅਫਸਰ ਨੂੰ ਕਹੋਗੇ ਕਿ ਮੈਂ ਉੱਥੇ ਆਪਣੇ ਸਪਾਊਸ ਕੋਲ ਰਹਿਣ ਜਾ ਰਿਹਾ ਮੈਂ ਉੱਥੇ ਹੀ ਰਹਿਣਾ ਮੈਨੂੰ ਵਰਕ ਪਰਮਿਟ ਦਿੱਤਾ ਜਾਏ ਉੱਥੇ ਫਿਰ ਫੈਮਿਲੀ ਟਾਈਜ਼ ਦਾ ਕੋਈ ਇਸ਼ੂ ਨਹੀਂ ਰਹਿ ਜਾਂਦਾ ਤੁਹਾਡੀ ਹੋਮ ਟਾਈਜ਼ ਦਾ ਕੋਈ ਇਸ਼ੂ ਨਹੀਂ ਰਹਿ ਜਾਂਦਾ ਉਹ ਟੋਟਲੀ ਡਿਪੈਂਡ ਕਰਦਾ ਤੁਹਾਡੇ ਸਪਾਊਸ 'ਤੇ ਕਿ ਤੁਹਾਡੇ ਸਪਾਊਸ ਦਾ ਜਿੰਨਾ ਚਿਰ ਤੱਕ ਕੈਨੇਡਾ ਦੇ ਵਿੱਚ ਸਟੇਟਸ ਰਹੇਗਾ ਤੁਹਾਡਾ ਵੀਜ਼ਾ ਉਨਾ ਚਿਰ ਰਹੇਗਾ ਜੇ ਤੁਹਾਡੇ ਸਪਾਊਸ ਨੂੰ ਅੱਗੇ ਵੀਜ਼ਾ ਮਿਲਦਾ ਤੁਹਾਨੂੰ ਵੀ ਮਿਲੇਗਾ ਜੇ ਉਹਨਾਂ ਨੂੰ ਨਹੀਂ ਮਿਲਦਾ ਤੁਹਾਨੂੰ ਵੀ ਨਹੀਂ ਮਿਲੇਗਾ ਇਹ ਸਿੰਪਲ ਇੱਕ ਫਾਰਮੂਲਾ ਹੈ ਇਸ ਕੈਟੇਗਰੀ 'ਚ ਫਾਈਲ ਲਾਉਂਦੇ ਹੋ ਤਾਂ ਵੀਜ਼ਾ ਰਿਜ਼ਲਟ ਜਿਹੜਾ ਤੁਹਾਨੂੰ ਵਧੀਆ ਵੇਖਣ ਨੂੰ ਮਿਲੇਗਾ ਹੁਣ ਸਪਾਊਸ ਜਿਹੜਾ ਵਰਕ ਪਰਮਿਟ ਹੈ ਇਹ ਓਪਨ ਸਪਾਊਸ ਵਰਕ ਪਰਮਿਟ ਹੈ ਯਾਨੀ ਤੁਹਾਨੂੰ ਕਿਤੋਂ LMI ਨਹੀਂ ਚਾਹੀਦੀ ਕਾਫੀ ਨੂੰ ਇਹ ਡਾਊਟ ਵੀ ਹੁੰਦਾ ਕਿ LMI ਚਾਹੀਦੀ ਹੋਏਗੀ ਤਾਂ ਹੀ ਸਾਨੂੰ ਵੀਜ਼ਾ ਮਿਲੇਗਾ ਨਹੀਂ ਵਰਕ ਪਰਮਿਟ ਹੈ ਲੇਕਿਨ ਓਪਨ ਵਰਕ ਪਰਮਿਟ ਹੈ ਇਹਦੇ ਵਿੱਚ ਤੁਸੀਂ ਕਿਸੇ ਕੋਲ ਵੀ ਜੁਆਇਨ ਕਰ ਸਕਦੇ ਹੋ ਆਪਣੀ ਜੌਬ ਤੁਹਾਨੂੰ ਕਿਤੋਂ ਕੋਈ ਵੀ ਆਫਰ ਲੈਟਰ ਨਹੀਂ ਚਾਹੀਦਾ ਸਿੰਪਲ ਤੁਹਾਡੇ ਸਪਾਊਸ ਦੇ ਡਾਕੂਮੈਂਟ ਲੱਗਣੇ ਨੇ ਉਹਨਾਂ ਦਾ ਜੋ ਵੀਜ਼ਾ ਸਟੇਟਸ ਹੈ ਉਹ ਲੱਗਣੇ ਨੇ ਉਹਨਾਂ ਦੀ ਸੈਲਰੀ ਸਲਿੱਪ ਨੇ ਜਾਂ ਟ੍ਰਾਂਸਕ੍ਰਿਪਟਸ ਹੈਗੀਆਂ ਨੇ ਉਹ ਡਿਪੈਂਡ ਕਰੇਗਾ ਉਹਨਾਂ ਦਾ ਸਟੇਟਸ ਕੀ ਆ ਉੱਥੇ ਜੋ ਸਟੇਟਸ ਹੈ ਉਹਦੇ ਅਕੋਰਡਿੰਗ ਤੁਹਾਡੀ ਚੈੱਕਲਿਸਟ ਬਣਨੀ ਆ ਉਹਦੇ ਅਕੋਰਡਿੰਗ ਹੀ ਤੁਹਾਡੇ ਡਾਕੂਮੈਂਟ ਲੱਗਣੇ ਨੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਡਾਕੂਮੈਂਟ ਲੱਗਣੇ ਨੇ ਇੱਥੇ ਹੁਣ ਧਿਆਨ ਦੇਣ ਦੀ ਲੋੜ ਹੈ ਤੁਸੀਂ ਆਪਣੇ ਆਪ ਨੂੰ ਫ੍ਰੀ ਨਹੀਂ ਦਿਖਾ ਸਕਦੇ ਜੇ ਤੁਸੀਂ ਆਪਣੇ ਆਪ ਨੂੰ ਟੋਟਲੀ ਫ੍ਰੀ ਦਿਖਾਉਂਦੇ ਹੋ ਦੈਨ ਤੁਹਾਡੇ ਵੀਜ਼ਾ 'ਤੇ ਜਿਹੜੇ ਚਾਂਸ ਨੇ ਉਹ ਬਹੁਤ ਘੱਟ ਜਾਣਗੇ ਤੁਸੀਂ ਆਪਣੀ ਕਿਤੇ ਨਾ ਕਿਤੇ ਜੌਬ ਦਿਖਾਓ ਸੈਲਰੀ ਅਕਾਊਂਟ 'ਚ ਦਿਖਾਓ ਨਾਲ ਜਿਹੜੇ ਫੰਡਸ ਨੇ ਉਹ ਵਧੀਆ ਦਿਖਾਓ ਜੇ ਤੁਹਾਡੇ ਫੰਡ ਵਧੀਆ ਨੇ 8 ਤੋਂ 10 ਲੱਖ ਰੁਪਈਆ ਫੰਡ ਤੁਹਾਡੇ ਅਕਾਊਂਟ 'ਚ ਪਿਆ ਹੋਇਆ ਜੌਬ ਕਰ ਰਹੇ ਹੋ ਜਾਂ ਬਿਜ਼ਨਸ ਕਰ ਰਹੇ ਹੋ ਕੋਈ ਵੀ ਕੰਮ ਕਰ ਰਹੇ ਹੋ ਜੇ ਉਸ ਫਾਈਲ ਦੇ ਵਿੱਚ ਲੱਗ ਜਾਂਦਾ ਵੀਜ਼ਾ ਦੇ ਜਿਹੜੇ ਚਾਂਸ ਨੇ ਬਹੁਤ ਵਧੀਆ ਹੋ ਜਾਂਦੇ ਨੇ ਰੀਸੈਂਟਲੀ ਅਸੀਂ ਵੀ ਕੁਝ ਓਪਨ ਸਪਾਊਸ ਵਰਕ ਪਰਮਿਟ ਦੇ ਜਿਹੜੇ ਕੇਸ ਸੀਗੇ ਉਹ ਕਲੀਅਰ ਹੋਏ ਨੇ ਤੁਸੀਂ ਸਾਡੇ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਵੀ ਦੇਖ ਸਕਦੇ ਹੋ ਹੁਣ ਗੱਲ ਕਰੀਏ ਕਿ ਜਿਹੜੇ ਡਾਕੂਮੈਂਟ ਲੱਗਣੇ ਹੁੰਦੇ ਉਹ ਬੜੇ ਧਿਆਨ ਨਾਲ ਲਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਜਦੋਂ ਵੀ ਕੋਈ ਫਾਈਲਿੰਗ ਹੁੰਦੀ ਹੈ ਵੀਜ਼ਾ ਅਫਸਰ ਦੇ ਅੱਗੇ ਰਿਪ੍ਰੈਜੈਂਟ ਹੋਣੀ ਹੁੰਦੀ ਹੈ ਤੁਹਾਡਾ ਪ੍ਰੈਜੈਂਟੇਸ਼ਨ ਜਿਹੜੀ ਉਹ ਵਧੀਆ ਹੋਵੇ ਜੇ ਤੁਸੀਂ ਆਪਣੀ ਫਾਈਲ ਸਹੀ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ ਰਹੇ ਤਾਂ ਦੈਨ ਤੁਹਾਡੇ ਵੀਜ਼ਾ ਦੇ ਜਿਹੜੇ ਚਾਂਸ ਨੇ ਉਹ ਘੱਟ ਜਾਂਦੇ ਨੇ ਕਿਉਂਕਿ ਡਾਕੂਮੈਂਟ ਸਹੀ ਤਰੀਕੇ ਨਾਲ ਲੱਗੇ ਨੇ ਤਾਂ ਵੀਜ਼ਾ ਆ ਜਾਣਾ ਜੇ ਡਾਕੂਮੈਂਟ ਸਹੀ ਤਰੀਕੇ ਨਾਲ ਨਹੀਂ ਲੱਗੇ ਵੀਜ਼ਾ ਰਿਫਿਊਜ਼ ਹੋ ਜਾਏਗਾ ਇਸ ਕਰਕੇ ਐਵੇਂ ਦੀ ਗਲਤੀ ਨਾ ਹੋਵੇ ਡਾਕੂਮੈਂਟ ਤੁਹਾਡੇ ਪ੍ਰੋਪਰ ਜ਼ਰੂਰ ਲੱਗਣ ਜੇ ਡਾਕੂਮੈਂਟ ਪ੍ਰੋਪਰ ਨਾ ਲੱਗਣ ਫਿਰ ਵੀਜ਼ਾ ਰਿਫਿਊਜ਼ ਹੋ ਜਾਂਦਾ ਅਤੇ ਜਿਹੜਾ ਇੱਕ ਇਨਵੀਟੇਸ਼ਨ ਲੈਟਰ ਹੈ ਉਹ ਵੀ ਬੜੇ ਧਿਆਨ ਨਾਲ ਲਿਖਣ ਦੀ ਲੋੜ ਹੁੰਦੀ ਹੈ ਇਨਵੀਟੇਸ਼ਨ ਲੈਟਰ ਜੇ ਸਹੀ ਨਹੀਂ ਲਿਖਿਆ ਹੋਇਆ ਦੈਨ ਵੀ ਰਿਫਿਊਜ਼ਲ ਹੋ ਸਕਦੀ ਹੈ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਕਵਰ ਲੈਟਰ ਲਿਖਿਆ ਜਾਣਾ ਹੈ ਕਿ ਤੁਸੀਂ ਕਿਉਂ ਜਾ ਰਹੇ ਹੋ ਪਰਪਸ ਕੀ ਹੈ ਤੁਹਾਡਾ ਉੱਥੇ ਰਹਿਣ ਦਾ ਰੀਜ਼ਨ ਕੀ ਹੈ ਇਹ ਸਾਰੀ ਚੀਜ਼ਾਂ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਜੇ ਚੀਜ਼ਾਂ ਕਲੀਅਰ ਨੇ ਐਪਲੀਕੇਸ਼ਨ ਸਹੀ ਤਰੀਕੇ ਨਾਲ ਲੱਗੀ ਹੈ ਐਪਲੀਕੇਸ਼ਨ ਫਾਰਮ ਸਹੀ ਨੇ
ਡਾਕੂਮੈਂਟ ਪ੍ਰੋਪਰ ਲੱਗੇ ਨੇ, ਤੁਹਾਡੇ ਸਪਾਊਸ ਦੇ ਡਾਕੂਮੈਂਟ ਪ੍ਰੋਪਰ ਲੱਗੇ ਨੇ ਜੋ ਕੈਨੇਡਾ ਦੇ ਵਿੱਚ ਨੇ, ਵੀਜ਼ਾ ਲੱਗਣ ਦੇ ਜੋ ਚਾਂਸ ਨੇ ਆਟੋਮੈਟਿਕਲੀ ਹੀ ਵਧੀਆ ਹੋ ਜਾਂਦੇ ਨੇ ਅਤੇ ਵੀਜ਼ਾ ਈਜ਼ਲੀ ਆ ਜਾਂਦਾ। ਅਤੇ ਜੇ ਤੁਸੀਂ ਆਪਣੀ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਸਾਡੇ ਥਰੂ ਵੀ ਲਵਾਉਣਾ ਚਾਹੋ ਤਾਂ ਸਾਡੀ ਟੀਮ ਨਾਲ ਕੋਂਟੈਕਟ ਕਰਕੇ ਅਪਲਾਈ ਕਰਵਾ ਸਕਦੇ ਹੋ। ਉਮੀਦ ਕਰਦੇ ਹਾਂ ਵੀਡੀਓ ਦੇ ਵਿੱਚ ਦਿੱਤੀ ਗਈ ਇਨਫੋਰਮੇਸ਼ਨ ਤੁਹਾਡੇ ਕੰਮ ਦੀ ਹੋਏਗੀ, ਤੁਹਾਨੂੰ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ ਆਪਾਂ ਇੱਕ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।